ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਖੇਤਾਂ 'ਚ ਆਏ ਹੋਏ ਹਾਂ, ਇੰਜਨ ਚੱਲਦਾ ਸਵੇਰ ਦਾ, ਪਾਣੀ ਕਣਕ ਨੂੰ ਲੱਗਦਾ ਸੀ ਚੱਲਦਾ, ਪਾਣੀ ਚੱਲਦਾ ਖਾਲ। ਸੋ ਚਾਰ ਮਿੰਟ ਆਪਾਂ ਦਿੱਲੀ ਕਿਸਾਨ ਮੋਰਚੇ ਦੀ ਗੱਲ ਕਰਦੇ ਹਾਂ ਥੋੜ੍ਹੀ ਜਿਹੀ। ਜੋ ਦਿੱਲੀ ਕਿਸਾਨ ਮੋਰਚਾ ਲੱਗਿਆ ਵਾ, ਉਹ ਬੜੇ ਲੰਬੇ ਸਮੇਂ ਤੋਂ ਚੱਲਦਾ, ਕਿੰਨੀਆਂ ਹੀ ਸਾਡੇ ਕਿਸਾਨ ਵੀ ਸ਼ਹੀਦ ਹੋ ਗਏ। ਸੋ ਸਰਕਾਰਾਂ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਉਂਦੀਆਂ, ਪੂਰਾ ਜ਼ੋਰ ਲਾਇਆ ਵਾ ਸਰਕਾਰਾਂ ਨੇ ਅੰਦੋਲਨ ਨੂੰ ਤੋੜਨ ਦੇ ਲਈ। 26 ਦੀ ਪਰੇਡ ਦੇ ਵਿੱਚ ਸਾਡੇ ਪਿੰਡ 'ਚੋਂ ਵੀ ਅਸੀਂ ਗਏ ਸੀ, ਸਾਡੇ ਮੇਰੇ ਨਾਲ 6-7 ਜਾਣੇ ਸੀ, ਮੁੰਡੇ ਗਏ ਸੀ ਸਾਰੇ, ਸਿਆਣਾ ਬੰਦਾ ਵੀ ਸੀ ਕੋਈ ਗੱਲ, ਨੌਜਵਾਨ ਸਾਰੇ ਗਏ ਸੀ। ਸੋ ਦਿੱਲੀ ਦੀ ਪਰੇਡ ਦੇ ਵਿੱਚ ਜੋ ਦਿੱਤੇ ਗਏ ਰੂਟਾਂ ਦੇ ਉੱਪਰ ਵੀ ਬੈਰੀਕੇਡ ਕਰੀ ਗਏ ਸੀ, ਉਹਨੂੰ ਰਿੰਗ ਰੋਡ ਦਿੱਤਾ ਸੀ, ਰਿੰਗ ਰੋਡ ਦੇ ਉੱਪਰ ਵੀ ਸਰਕਾਰਾਂ ਨੇ ਬੈਰੀਕੇਡ ਕਰਕੇ ਉਹਨੂੰ ਜਾਮ ਕੀਤਾ ਹੋਇਆ ਸੀ, ਰੋਕਣ ਦੀ ਕੋਸ਼ਿਸ਼ ਪੂਰੀ ਕਰੀ ਗਈ। ਸੋ ਚਲੋ ਜੋ ਲਾਲ ਕਿਲੇ ਦੇ ਹੋਇਆ ਉਹਨੂੰ ਮੰਨਦੇ ਹਾਂ ਅਸੀਂ ਵੀ, ਸਾਡੇ ਕਿਸਾਨਾਂ ਨੂੰ ਨਹੀਂ ਜਾਣਾ ਚਾਹੀਦਾ ਸੀ ਉੱਧਰ, ਚਲੋ ਜੇ ਚੱਲ ਵੀ ਗਏ, ਅੱਡੀ ਵੀ ਕੋਈ ਆਫਤ ਨਹੀਂ ਆ ਗਈ, ਕਿੱਥੇ ਸਾਡੇ ਕਿਸਾਨਾਂ ਨੇ ਕਿਸਾਨੀ ਦਾ ਝੰਡਾ ਵੀ ਗੈਲ ਚੜ੍ਹਾਇਆ, ਕਿਸਾਨ ਸਾਹਿਬ ਦਾ ਝੰਡਾ ਚੜ੍ਹਾਇਆ, ਤਿਰੰਗੇ ਨੂੰ ਕੋਈ ਅਪਮਾਨ ਨਹੀਂ ਕੀਤਾ, ਤਿਰੰਗੇ ਦਾ ਝੰਡਾ ਤਿਰੰਗਾ ਝੰਡਾ ਵੀ ਨਾਲ ਐਨ ਝੂਲਦਾ ਸੀ, ਉਹਨੂੰ ਕੋਈ ਛੇੜਿਆ ਨਹੀਂ, ਉਤਾਰਿਆ ਨਹੀਂ, ਪਾੜਿਆ ਨਹੀਂ। ਸੋ ਇੱਕ ਮੈਂ ਦਿਖਾਉਂਦਾ ਸਾਨੂੰ ਉਹ ਟਰੈਲੀ ਸਾਡੇ, ਆਹ ਦੇਖੋ ਇਹ ਵੀ ਟਰੈਲੀ ਕਿਸਾਨ ਮੋਰਚੇ ਲਈ ਰਵਾਨਾ ਹੋ ਗਈ, ਕਿਹੜੇ ਪਿੰਡ ਦੀ ਹੈ, ਰੋਪੜ ਤੋਂ ਦਿੱਲੀ, ਇਹ ਦੇਖੋ ਉਹ ਜਾਂਦੀ ਝੰਡੀਆਂ ਲਾ ਕੇ। ਅੱਜ ਰਵਾਨਾ ਹੋ ਗਈ ਇਹ, ਇੱਕ ਉਹ ਹੋ ਗਈ, ਇਹ ਦੇਖੋ ਆਹ ਤਾਜ, ਇਹ ਸਵਰਾਜ 800 ਲੰਗਰ ਲੈ ਕੇ ਚੱਲੇ ਭਾਈ ਵਿਚਾਰੇ, ਆ ਦੇਖੋ ਕਿਸਾਨ ਅੰਦੋਲਨ ਲਈ ਲੰਗਰ ਦੀ ਸੇਵਾ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਦਿੱਲੀ ਜ਼ਰੂਰ ਜਾ ਕੇ ਆਓ, ਅਸੀਂ ਵੀ ਜਾ ਕੇ ਆਏ ਸੀ, 2 ਗੇੜੇ ਮਾਰਦੇ ਸੀ 3, ਹੁਣ ਫਿਰ 4th ਗੇੜਾ ਫਿਰ ਤਿਆਰ ਆ। ਸਾਡੇ ਨਗਰ ਦੇ ਵੱਲੋਂ ਕਾਫੀ ਬੰਦੇ ਜਾਇਆ ਏ, ਕਾਫੀਆਂ ਨੂੰ ਅਸੀਂ ਪ੍ਰੇਰਿਤ ਵੀ ਕਰ ਰਹੇ ਹਾਂ, ਪਹੁੰਚੋ ਦਬਾਦਬ ਉੱਤੇ, ਕਾਨੂੰਨ ਆਪਾਂ ਨੇ ਰੱਦ ਕਰਾ ਕੇ ਵਾਪਸ ਮੁੜਨਾ, ਆਇੰਦਾ
ਵਿਚੋਲੀਆ ਵਿੱਚ ਦਾ ਕੋਈ ਸਾਨੂੰ ਰਾਹ ਮਨਜ਼ੂਰ ਨਹੀਂ, ਕਿਉਂਕਿ ਇਹਦੇ ਨਾਲ ਕਿਸਾਨਾਂ ਨੂੰ ਨਹੀਂ ਨੁਕਸਾਨ ਹੋਣਾ, ਸਾਰਾ ਆਮ ਵਰਗ ਨੂੰ ਵੀ ਪੂਰਾ ਨੁਕਸਾਨ ਹੋਣਾ। ਜਾਂ ਤੁਹਾਨੂੰ ਚੀਜ਼ਾਂ ਮਿਲਣੀਆਂ ਨਾ ਬਹੁਤ ਮਹਿੰਗੀਆਂ ਮਹਿੰਗੀਆਂ, ਸੌਦੇ ਤੁਹਾਨੂੰ ਇੰਨੇ ਮਹਿੰਗੇ ਮਿਲਣੇ ਆ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਨਾਲ ਪ੍ਰਚਾਰ ਵੀ ਫੁੱਲ ਹੋ ਰਿਹਾ ਅਤੇ ਇਹਨਾਂ ਦੀਆਂ ਗੰਦੀਆਂ ਕਰਤੂਤਾਂ ਵੀ ਅੱਗੇ ਆ ਰਹੀਆਂ। ਅੱਗੇ ਪੁਰਾਣੇ ਬੁੜੇ ਹੁੰਦੇ ਸੀ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਸੀ ਲੱਗਦਾ, ਸਾਡੇ ਬੁੜਿਆਂ ਨੂੰ ਕਿਆ ਪਤਾ ਲੱਗਣਾ ਸੀ, ਉਹਨਾਂ ਨਾ ਨੈੱਟ ਚਲਾਉਣਾ ਆਉਂਦਾ ਤਾ, ਨਾ ਬੜੇ ਫੋਨ ਹੁੰਦੇ ਸੀ। ਅੱਜ ਤਾਂ ਮਾੜੀ ਜੀ ਕੋਈ ਹਰਕਤ ਕਰਦਾ ਤਾਂ ਜਦੇ ਪਤਾ ਲੱਗ ਜਾਂਦੀ ਹੈ, ਮਾੜੀ ਜੀ ਕੋਈ ਗੱਲ ਹੁੰਦੀ ਜਦੇ ਪਤਾ ਲੱਗ ਜਾਂਦੀ ਹੈ। ਉਸ ਟਾਈਮ ਇਹਨਾਂ ਸਰਕਾਰਾਂ ਨੇ ਆਪਣਾ ਬਿਜ਼ਨਸ ਸੈੱਟ ਕੀਤਾ, ਆਪਣਾ ਸਾਰਾ ਧੰਦੇ ਸੈੱਟ ਕਰੇ। ਕਿਸਾਨਾਂ ਨੂੰ ਤਾਂ ਵਿਚਾਰਿਆਂ ਨੂੰ ਸਮਰਥਨ ਮੁੱਲ ਨਹੀਂ ਮਿਲਦਾ ਅੱਜ ਕੱਲ੍ਹ, ਜਿੰਨਾ ਕੋਈ ਖਰਚਾ ਆ ਜਾਂਦਾ ਫਸਲਾਂ 'ਤੇ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਦਿੱਲੀ ਇੱਕ ਵਾਰ ਜ਼ਰੂਰ ਜਾ ਕੇ ਆਓ, ਆਪਣੀ ਹਾਜ਼ਰੀ ਲਵਾ ਕੇ ਆਓ। ਇਹ ਅੰਦੋਲਨ ਸਦੀਆਂ ਤੱਕ ਰਹਿਣਾ, ਕਦੇ ਜਿਵੇਂ ਅੱਜ ਕਹਿੰਦੇ ਆ ਨਾ ਵੀ ਮਹਿੰਦਰ ਸਿੰਘ ਟਕੈਤ ਜੋ ਸੀ, ਟਕੈਤ ਦੇ ਜੋ ਪਿਤਾ ਮਹਿੰਦਰ ਸਿੰਘ ਟਕੈਤ ਹੈ, ਉਹ ਵੀ ਅੰਦੋਲਨ ਬਹੁਤ ਕਰਦੇ ਹੁੰਦੇ ਸੀ, ਉਹਨਾਂ ਦੇ ਵੀ ਅੰਦੋਲਨ ਦੇ ਵਿੱਚ ਬਹੁਤ ਹਿੱਸਾ ਰਿਹਾ। ਟਕੈਤ ਭਰਾ ਦੇ ਹੰਝੂ ਜੋ ਦੇਖ ਕੇ ਹਰਿਆਣਾ ਅਤੇ ਪੰਜਾਬ ਰਾਜਸਥਾਨ ਸਾਰੇ ਵਰਗਾਂ, ਦਿੱਲੀ ਦੇ ਬਹੁਤ ਲੋਕ ਆਏ ਵਿਚਾਰੇ। ਦਿੱਲੀ ਦਾ ਮੈਂ ਲੋਕਾਂ ਦਾ ਬਹੁਤ ਧੰਨਵਾਦੀ ਹਾਂ, ਦਿੱਲੀ ਵਾਲੇ ਲੋਕਾਂ ਨੇ ਅਸੀਂ ਗਏ। ਇੱਕ ਗੱਲ ਮੈਂ ਦੇਖੀ, ਦਿੱਲੀ ਦੇ ਜਿੰਨੇ ਵੀ ਬ੍ਰਿਜ ਸੀ ਨਾ, ਫੁੱਲ ਭਰੇ ਹੋਏ ਸੀ ਦਿੱਲੀ ਵਾਲੇ। ਉਹ ਤੁਹਾਡਾ ਦੇਣ ਨਾ ਦੇਵੇ, ਤੁਸੀਂ ਲੰਗਰਾਂ ਨੂੰ ਕੋਈ ਟੋਟ ਨਹੀਂ ਆਉਣ ਦਿੱਤੀ। ਲੰਗਰ ਵੀ ਆਪਣੀਆਂ ਗੱਡੀਆਂ ਦੇ ਵਿੱਚ ਐਂ, ਤਾਂ ਸਰਕਾਰੀ ਗੱਡੀਆਂ ਵੀ ਦੇਖੀਆਂ ਮੈਂ ਜਿਨ੍ਹਾਂ ਦੇ ਉੱਪਰ ਬਹੁਤ ਵਿਚਾਰੇ ਠੰਡੇ ਦੇ ਕੇ ਗਏ, ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ, ਜਾਗਦੀ ਜ਼ਮੀਰ ਵਾਲੇ ਵੀ ਅਫਸਰ ਬੈਠੇ ਹੁੰਦੇ ਆ। ਇਹ ਨਹੀਂ ਹੁੰਦਾ ਵੀ ਅਫਸਰ ਕਦੇ ਤੁਸੀਂ, ਜਿਹਨਾਂ ਦੀ ਜ਼ਮੀਰਾਂ ਜਾਗਦੀਆਂ ਨਾ, ਉਹ ਸਰਕਾਰੀ ਗੱਡੀਆਂ ਮੈਂ ਦੇਖੀਆਂ, ਉਹ ਵਿਚਾਰੇ ਨਾਲੇ ਸਾਰਿਆਂ ਨੂੰ ਦੇਖੇ ਗਏ, ਪਤਾ ਨਹੀਂ ਕਿਹੜੇ ਕਿਸ ਹਿਸਾਬ ਨਾਲ ਆਏ ਹੋਣੇ ਵਿਚਾਰੇ ਉਹ। ਦਿੱਲੀ ਦੇ ਵਿੱਚ ਬ੍ਰਿਜ ਭਰੇ ਪਏ ਸੀ, ਸਾਡੇ ਉੱਪਰ ਫੁੱਲਾਂ ਦੀ ਵਰਖਾ ਕਰਦੇ ਸੀ ਦਿੱਲੀ ਦੇ ਲੋਕ ਕਿਸਾਨਾਂ ਦੇ ਲਈ, ਇੰਨਾ ਉਹਨਾਂ ਦਾ ਪਿਆਰ ਹੈ। ਦਿੱਲੀ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ ਹੈ ਜਿਹੜੇ ਵਿਚਾਰੇ ਕਿਸਾਨਾਂ ਦੇ ਹੱਕਾਂ 'ਤੇ ਖੜ੍ਹਦੇ ਨੇ। ਵੱਧ ਚੜ੍ਹ ਕੇ ਖੜ੍ਹਨਾ ਚਾਹੀਦਾ, ਕਿਉਂਕਿ ਕਿਸਾਨੀ ਮੁੱਦਾ ਰੀੜ੍ਹ ਦੀ ਹੱਡੀ ਹੈ, ਕਿਸਾਨ ਜਿਹਦੇ ਪਰ ਸਾਰਾ ਸਰਕਲ ਘੁੰਮਦਾ। ਤੁਹਾਡੀ ਰੋਟੀ ਤੁਹਾਡੇ ਮੂੰਹ 'ਚ ਤਾਂ ਪੈਂਦੀ ਜੇ ਕਿਸਾਨ ਉਗਾ ਕੇ ਦਿੰਦਾ, ਅੰਨ ਪੈਦਾ ਕਰਦਾ ਕਿਸਾਨ। ਜੇ ਸਾਨੂੰ ਰੋਟੀ ਉਹ ਨਹੀਂ ਮਿਲੂੰਗੀ, ਅੱਗੇ ਸਾਡੇ ਦੇਸ਼ 'ਚ ਇੰਨੀ ਭੁੱਖਮਰੀ ਹੈ, ਇੰਨੇ ਗਰੀਬ ਵਰਗ ਨੂੰ ਰੋਟੀ ਨਹੀਂ ਮਿਲਦੀ ਵਿਚਾਰਿਆਂ ਨੂੰ, ਕਈਆਂ ਨੂੰ ਤਾਂ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਦਿੱਲੀ ਪਹੁੰਚੋ, ਅਸੀਂ ਵੀ ਬਣਾਉਂਦੇ ਹਾਂ ਪ੍ਰੋਗਰਾਮ, ਦੁਬਾਰਾ ਫੇਰ ਜਾ ਕੇ ਆਉਣਾ। ਹੁਣ ਅਸੀਂ ਹੁਣ 26 ਜਨਵਰੀ 'ਤੇ ਮੈਂ ਉੱਥੇ ਸੀ, ਰੋਣਾ ਆਉਂਦਾ ਯਾਰ ਉੱਥੇ ਜਾ ਕੇ, ਸਾਡੇ ਨਾਲ ਇੰਨਾ ਧੱਕਾ ਹੁੰਦਾ ਨਾ ਕਿਸਾਨਾਂ ਦੇ ਨਾਲ, ਤਾਂ ਵਿਚਾਰੇ ਸਾਡੇ ਬੱਚਿਆਂ ਦੇ ਸਿਰ ਪਾੜਦੇ ਨੇ ਰੋੜੇ ਮਾਰ ਮਾਰ ਕੇ। ਜੇ ਇੱਕ ਗੱਲ ਮੈਂ ਕਹਾਂ, ਜੇ ਸਾਡੇ ਨਿਹੰਗ ਵਿਗੜ ਗਏ ਨਾ, ਤੁਹਾਨੂੰ ਭੱਜਿਆਂ ਨੂੰ ਰਾਹ ਨਹੀਂ ਲੱਭਣੇ, ਉਹ ਤਾਂ ਵਿਚਾਰੇ ਇੱਕ ਰੱਬ ਦੀ ਕਿਰਪਾ, ਵਿਚਾਰੇ
ਸ਼ਾਂਤ ਬੈਠੇ ਆ, ਨਹੀਂ ਤਾਂ ਇੱਦਾਂ ਨਿਹੰਗ ਨੁਹੰਗ ਬੇਚਾਰੇ ਸਾਡੇ ਸਹਿੰਦੇ ਹੀ ਨਹੀਂ ਕਿਸੇ ਦੀ ਗੱਲ। ਸਾਡੇ ਜਥੇਦਾਰਾਂ ਨੇ, ਸਾਡੇ ਆਗੂਆਂ ਨੇ ਸਾਨੂੰ ਬਿਠਾ ਲਿਆ ਵਾ, ਜੇ ਕਦੇ ਮਾੜਾ ਜਿਹਾ ਰਸਤਾ ਖੋਲ ਦੇਵੇ ਨਾ ਇੱਧਰ ਦੇ, ਤੁਹਾਨੂੰ ਤਾਂ ਭੱਜਣ ਨੂੰ ਰਾਹ ਨਹੀਂ ਲੱਭਣੇ। ਜਿਵੇਂ ਚਡੂਨੀ ਕਹਿੰਦਾ ਤਾ ਨਾ, ਤਿੰਨ ਪਾਸੇ ਤਾਂ ਹਰਿਆਣਾ ਲੱਗਦਾ, ਘੇਰ ਘੇਰ ਕੁੱਟਾਂਗੇ। ਮੋਦੀ ਇਹੋ ਜਿਹਾ ਕੁੱਤਾ ਤੇਰਾ ਤਾਂ ਕੱਖ ਹੈ ਹੀ ਨਹੀਂ, ਨਾ ਤੇਰਾ ਅੱਗੇ ਨਾ ਤੇਰਾ ਪਿੱਛੇ। ਤੂੰ ਤਾਂ ਆਹ ਵਾਰ ਮੰਨ ਲਿਆ, ਅਗਲੀ ਵਾਰ ਤੇਰਾ ਭੋਗ ਜਿਹਾ ਪਏ ਜਾਣਾ, ਪੰਜ ਸਾਲ ਸਾਲ ਹੋਰ ਕੱਢ ਦੂੰਗਾ ਮੈਨੂੰ ਲੱਗਦਾ। ਮਰਨਾ ਤਾਂ ਹੈਗਾ ਹੀ ਆ, ਹੋਰ ਵੀ ਮਰ ਗਏ, ਜਿਹੜਾ ਆਇਆ ਸੋ ਸਾਰਿਆਂ ਨੇ ਜਾਣਾ ਹੀ ਹੈ। ਪਰ ਅਸੀਂ ਕੰਮ ਅੱਛੇ ਕਰਕੇ ਚੰਗੇ ਕਰਕੇ ਜਾਈਏ ਤਾਂ ਸਾਨੂੰ ਯਾਦ ਵੀ ਕਰਦੇ ਆ, ਜੇ ਅਸੀਂ ਕੰਮ ਮਾੜੇ ਕਰਦੇ ਹਾਂ ਤਾਂ ਸਾਨੂੰ ਲਾਹਣਤਾਂ ਵੀ ਪੈਂਦੀਆਂ। ਸੋ ਸਾਡੇ ਕਾਨੂੰਨ ਜਿਹੜੇ ਬਣਾਏ ਰੱਦ ਹੋਣੇ ਚਾਹੀਦੇ ਆ। ਸੋ ਇੰਨੀ ਬੇਨਤੀਆਂ ਕਰਦਾ ਸਾਰਿਆਂ ਨੂੰ, ਦਿੱਲੀ ਜਾਣ ਦੀ ਅਪੀਲ ਕਰਦਾ ਹਾਂ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।